हाँ जी बेटा, हुण आपां दशमलव दा जिहड़ा हैगा गुणा और भाग आ जिहड़ी आपां कर ली है, ठीक है। हुण इहदे विच की आ, गांह वाली आपणे कोले जिहड़ा चैप्टर आ गया उह धन ते करंसी। धन दा मतलब हुंदा जिहड़े रुपईए हुंदे आ, देखदे आ ना आपां रुपईए, जदों कोई चीज़ खरीदण जांदे आ तुसीं तां उत्थे लोड़ पैंदी आ तुहानूं, तां तुसीं रुपईए पैसिआं दी वरतों करदे आ, ठीक है। आपां नूं पता ते देखिआ ना नोट तुहाडे कोले, कि कहिहड़ा कहिहड़ा नोट जिहड़ा देखिआ तुसीं, एक रुपये का नोट देखिआ, सिक्का हुंदा एक रुपये, सिक्का हुंदा, सिक्के और नोट दे विच फर्क हुंदा। नोट जिहड़े हुंदे आ कागज़ दे बणे हुंदे हैगे, ठीक है, और जिहड़े सिक्के हुंदे आ ओह मैटल दे जां धात दे किसे दे बणे हुंदे आ। एक रुपये दा सिक्का हो गिआ, पंज दा वी मिल जांदा, दस दा वी मिल जांदा, ठीक है। इह सिक्के आ जिहड़े हैगे आ, कुछ क सिक्के आ जिहड़े हैगे साडे, ओह इक किसे खास दे, जिवें हुण किसे दा जन्मदिन आ जाए, 100 मसाला आ जावे, जिवें भगत सिंह दे नां ते सिक्का जिहा जारी कीता सी सरकार ने पिछे जे, ठीक है। महात्मा गांधी की फोटो तो हरेक थां ते हुंदी हुंदी है, हरेक सिक्के दे उत्ते, अपने नोट दे उत्ते हुंदी, देखी है ना तुसीं। तां अपने जिहड़ी करंसी हुंदी है, इह लैण देण दे विच कम आउंदी है। पहलां पुराने जमाने च लोक इह हुंदे सी, चीजां दे बदले चीजां लै लैंदे हुंदे सी, जिवें किसे ने जाके घरे सब्जी लगी आ, उह सब्जी दे आंदी ते उहदी थां ते कुड़ता सवा लिआंदा, ठीक है, सब्जी दे आंदी, जां कोई मक्की हुंदी सी उह दे आंदी, ऐं वटांदरा कर लैंदे हुंदे सी। पर उदू बाद देखिया भी कोई यार चीज बनाई जाए जिहदे बदले दे विच कोई चीज बन जाए, उदों करंसी है जिहड़ी हैगी बनी अपनी, ठीक है। भारत दी जिहड़ी हैगी है करंसी, और रुपईए दे विच आपां कहिंदे, कादे च गिणदे आपां नूं रुपईआ कहिंदे आ, जिहड़ी हैगी करंसी दा जिहड़ा हैगा चिन्ह दा जिहड़ा हुंदा इस तरह हुंदा, हिंदी दा रारा, ठीक है, रारा इस तरह, ते उत्तों ही ऐ करके इस तरह पाया हुंदा इहदा, ठीक है। इह करंसी दा साइन आपणा जिहदे नाल इह लग्गिया होवे, दा मतलब रुपईआं दी गल आ जिहड़ी हैगी कर रहे हैं। ਤੁਸੀਂ ਨੋਟ ਵੀ ਦੇਖੋਗੇ ਤੇ ਨੋਟਾਂ ਦੇ ਉੱਤੇ ਇਹ ਲਿਖਿਆ ਹੁੰਦਾ ਨਾਲ ਮੂਹਰੇ ਪਾ ਕੇ ਵੀ 200 ਰੁਪਈਆ, 100 ਰੁਪਈਆ, ਉਹ ਕਰੰਸੀ ਨੋਟ ਆ ਜਿਹੜਾ ਹੈਗਾ ਇਸੇ ਗੱਲ ਨੂੰ ਦਰਸਾਉਂਦਾ ਹੁੰਦਾ। ਇਹ ਆਪਣਾ ਚਿੰਨ ਆ ਜਿਹੜਾ ਹੈਗਾ ਇਸ ਤਰ੍ਹਾਂ ਰਾਰਾ ਪਾਇਆ ਹੋਊਗਾ ਹਿੰਦੀ ਦਾ, ਉਹਦੇ ਉੱਤੇ ਇਸ ਤਰ੍ਹਾਂ ਡਾਲਰ ਦਾ ਜਿਹੜਾ ਹੁੰਦਾ ਉਹ ਐਸ ਪਾ ਕੇ ਐਂ ਕਰਕੇ ਬਣਾਇਆ ਹੁੰਦਾ ਉਹਨਾਂ ਨੇ, ਇਹ ਡਾਲਰ ਦਾ ਹੁੰਦਾ ਜਿਹੜਾ 1 ਡਾਲਰ ਆ ਸਾਡਾ 60.5 ਰੁਪਈਏ ਆ, ਲਗਭਗ 60 ਰੁਪਈਏ, ਤੇ ਡਾਲਰ ਆ ਜਿਹੜਾ ਹੈਗਾ ਉਹ 1 ਹੁੰਦਾ ਗਾ। ਇਹਦਾ ਮਤਲਬ ਉਹ ਸਾਡੇ ਤੋਂ 60 ਗੁਣਾ ਸਾਡੇ ਨਾਲ ਜ਼ਿਆਦਾ ਉਹਨਾਂ ਦੀ ਫਾਸਟ ਆ ਕਰੰਸੀ, ਜਿਹਨਾਂ ਸਾਡਾ 60 ਰੁਪਈਏ ਆ ਉਹਨਾਂ ਦਾ 1 ਰੁਪਈਆ ਹੈਗਾ ਬਾਹਰ, ਜਿਹੜਾ ਫੋਰਨ ਕੰਟਰੀ ਦੇ ਵਿੱਚ ਡਾਲਰ ਜਿੱਥੇ ਚੱਲਦਾ। ਇਸ ਤਰ੍ਹਾਂ ਹਰੇਕ ਕਰੰਸੀ ਦਾ ਆਪਦਾ ਆਪਦਾ ਸਾਈਨ ਹੁੰਦਾ ਹੈਗਾ, ਠੀਕ ਆ। ਰੁਪਈਆ ਜਿਹੜਾ ਹੁੰਦਾ, ਆਪਾਂ ਰੁਪਈਆ ਦੇ ਵਿੱਚ ਕੋਈ ਚੀਜ਼ ਜਿਹੜੀ ਖਰੀਦਦੇ ਆ, ਕਾਹਦੇ 'ਚ ਖਰੀਦਦੇ ਆ ਆਪਾਂ, ਜਦੋਂ ਅਸੀਂ ਕਿਸੇ ਨੂੰ ਚੀਜ਼ ਦੇਣ ਜਾਂਦੇ ਹਾਂ ਰੁਪਈਆ ਦੇ ਵਿੱਚ ਖਰੀਦ ਕੇ ਲਿਆਉਂਦੇ ਹਾਂ। ਅੱਜ ਕੱਲ੍ਹ ਜਿਹੜਾ ਹੈਗਾ ਇਹ ਪ੍ਰਚਲਿਤ ਘੱਟ ਹੋ ਗਿਆ, ਪਹਿਲਾਂ ਚੁਆਨੀਆਂ ਹੁੰਦੀਆਂ ਸੀ, ਚੁਆਨੀਆਂ ਜਿਹੜੇ 25 ਪੈਸੇ ਹੁੰਦੇ ਸੀ, ਉਹਨੂੰ ਚੁਆਨੀ ਕਹਿੰਦੇ ਹੁੰਦੇ ਸੀ, 25 ਪੈਸੇ, ਠੀਕ ਆ। ਫਿਰ 50 ਪੈਸੇ ਹੁੰਦੇ ਸੀ, 50 ਪੈਸੇ, ਠੀਕ ਆ, ਜੇ ਦੋਨੇ ਜੋੜ ਕੇ ਇੱਕ 50 ਪੈਸੇ ਨੂੰ ਢੇਲੀ ਵੀ ਕਹਿ ਦਿੰਦੇ ਹੁੰਦੇ ਸੀਗੇ, ਠੀਕ ਆ। ਇਹਨੂੰ ਚਵਾਨੀ ਕਹਿ ਦਿੰਦੇ ਹੁੰਦੇ ਸੀ, 4 ਆਨੇ, ਇਹਨੂੰ 4 ਆਨੇ, ਇਹਨੂੰ ਜਿਹੜਾ ਹੈਗਾ ਜਿਵੇਂ ਕਹਿ ਦਈਏ ਵੀ ਅੱਧੇ ਅੱਧਾ ਰੁਪਈਆ ਹੋ ਗਿਆ, ਕਿ 50 ਪੈਸੇ ਹੁੰਦੇ ਸੀਗੇ, ਦੋਨਾਂ ਨੂੰ ਜੋੜ ਕੇ 75 ਪੈਸੇ। ਅੱਗੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ 75 ਪੈਸਿਆਂ ਦੀ ਬੜੀ ਬੜੀਆਂ ਚੀਜ਼ਾਂ ਆ ਜਾਂਦੀਆਂ ਸੀ, 1 ਰੁਪਏ ਦੀਆਂ 10 ਤਾਂ ਟੌਫੀ ਆ ਜਾਂਦੀਆਂ ਹੁੰਦੀਆਂ ਸੀ, ਹੁਣ 1 ਰੁਪਈਏ ਦੀ 1 ਆਉਂਦੀ ਹੈ। ਸੋ ਇਹ ਪੈਸੇ ਆ ਜਿਹੜੇ ਹੈਗੇ ਆ ਆਮ ਕਰਕੇ ਹੁਣ ਘਟ ਗਏ ਇਹਨਾਂ ਦੀ ਵਰਤੋਂ। ਫਿਰ ਵੀ ਤੁਸੀਂ ਦੇਖੋਗੇ ਜਦੋਂ ਕਿਸੇ ਦਾ ਵਿਆਹ ਹੁੰਦਾ ਉਹ ਛੱਡਦੇ ਨਾ ਉਹਦੇ ਉੱਤੋਂ ਦੀ, ਉਹ ਜਿਹੜੇ ਹੈਗੇ ਆ ਉਹ ਦਸੀਆਂ ਪੰਜੀਆਂ ਵੀ ਹੁੰਦੀਆਂ, ਉਹਦੇ ਵਿੱਚ ਸਾਰੀ ਕਰੰਸੀ ਦਾ ਸਾਡੇ ਹਿੱਸਾ ਸੀ, ਪਰ ਅੱਜ ਕੱਲ ਉਹਦਾ ਟਾਈਮ ਰਿਹਾ ਹੀ ਨਹੀਂ ਗਿਆ ਹੈਗਾ। ਹੁਣ ਵੀ ਜੇ ਤੁਸੀਂ ਦੇਖੋ ਧਿਆਨ ਨਾਲ, ਪੈਟਰੋਲ ਕਈ ਵਾਰ ਸਸਤਾ ਹੁੰਦਾ ਜਾਂ ਵੱਧਦਾ, ਉਹ ਪੈਸਿਆਂ ਦੇ ਵਿੱਚ ਵੱਧ ਜਾਂਦਾ, ਜਿਵੇਂ 19 ਪੈਸੇ, 20 ਪੈਸੇ, ਠੀਕ ਹੈ, 21 ਪੈਸੇ, ਉਹ ਪੈਸੇ ਆ ਜਿਹੜੇ ਉਹ ਉਦੋਂ ਉਸ ਹਿਸਾਬ ਨਾਲ, ਪਰ ਵਰਤੋਂ ਦੇ ਵਿੱਚ ਜਿਹੜੇ ਪੈਸੇ ਅੱਜ ਕੱਲ ਨਹੀਂ ਆਉਂਦੇ, ਕਿਉਂਕਿ ਸਿੱਧਾ ਹੀ ਹਿਸਾਬ ਕਿਤਾਬ ਆ, ਰੁਪਈਏ ਦੀ 10 ਰੁਪਏ ਤੋਂ ਘੱਟ ਤਾਂ ਜਵਾਕ ਵੀ ਨਹੀਂ ਖਰਚਦੇ। ਤੁਸੀਂ ਵੀ ਆਪਦੇ ਘਰੇ ਘਰਦਿਆਂ ਤੋਂ ਪੈਸੇ ਲੈ ਕੇ ਜਾਂਦੇ ਹੋ ਸਕੂਲ ਖਰਚ ਕੇ ਆਉਣਾ, ਮੰਮੀ ਮੈਨੂੰ 10 ਰੁਪਈਏ ਦੇ ਦੇ, 10 ਤੋਂ ਘੱਟ ਤਾਂ ਨਹੀਂ ਖਰਚਦੇ। ਇਸ ਕਰਕੇ ਰੁਪਈਆਂ ਦਾ ਮਹੱਤਵ ਰਹਿ ਗਿਆ, ਪਰ ਪੈਸੇ ਆ ਜਿਹੜੇ ਹੈਗੇ ਆ ਇਹ ਹੈਗੇ ਆ ਤਾਂ ਹੀ ਰੁਪਈਏ ਬਣਦੇ ਆ। ਹੁਣ ਆਪਣੇ ਕੋਲੇ ਜਿਹੜੇ ਹੈਗੇ ਆ 1 ਰੁਪਈਏ ਦੇ ਵਿੱਚ ਕਿੰਨੇ ਪੈਸੇ ਹੁੰਦੇ ਆ, 1 ਰੁਪਏ ਵਿੱਚ 100 ਪੈਸੇ ਹੁੰਦੇ ਆ, 100। ਲੈਣ ਦੇਣਾ ਜਿਹੜਾ ਹੈਗਾ ਇਸ ਤਰ੍ਹਾਂ ਬਣਦਾ ਹੈ, ਜਿਵੇਂ 3 ਰੁਪਈਏ, ਠੀਕ ਆ, 25 ਪੈਸੇ, 25, ਇਹਨੂੰ ਰੁਪਇਆਂ 'ਚ ਲਿਖਦੇ ਆ, ਇਹਦਾ ਮਤਲਬ ਹੁਣ 3 ਦਸ਼ਮਲਵ, ਜਿਹੜਾ ਦਸ਼ਮਲਵ ਦਾ ਭਾਗ ਗੁਣਾ ਕਰਕੇ ਆਏ ਆ ਕਿ ਨਹੀਂ, 3.25 ਰੁਪਏ। ਇਹਨੂੰ ਅਗਲਾ ਉਹ ਕਹਿ ਦੇਵੇ ਵੀ ਤੁਸੀਂ ਪੈਸਿਆਂ 'ਚ ਬਦਲੋ, ਪੈਸਿਆਂ ਨੂੰ ਰੁਪਈਆਂ ਦੇ ਵਿੱਚ ਬਦਲਣਾ, ਇਹ ਚੀਜ਼ਾਂ ਹੁੰਦੀਆਂ 1 ਰੁਪਈਏ ਦੇ ਵਿੱਚ। ਆਪਾਂ ਯਾਦ ਰੱਖਣ ਵਾਲੀ ਜਿਹੜੀ ਚੀਜ਼ ਆ ਉਹ ਇਹ ਆ, 1 ਰੁਪਈਏ ਦੇ ਵਿੱਚ ਕਿੰਨੇ ਪੈਸੇ ਹੁੰਦੇ ਆ, 100 ਪੈਸੇ ਹੁੰਦੇ ਆ। ਜਦੋਂ ਆਪਾਂ ਇਸ ਤਰੀਕੇ ਨਾਲ ਦੇਖ ਲੈਂਦੇ ਆ, ਫਿਰ ਆਪਾਂ ਨੂੰ ਜਿਹੜਾ ਹੈਗਾ ਰੁਪਈਆਂ ਨੂੰ ਪੈਸਿਆਂ ਦੇ ਵਿੱਚ ਬਦਲਣਾ ਔਰ ਪੈਸਿਆਂ ਨੂੰ ਰੁਪਈਆਂ ਦੇ ਵਿੱਚ ਬਦਲਣਾ ਜਿਹੜਾ ਹੋਇਆ ਉਹ ਕੀ ਹੋ ਜਾਂਦਾ, ਉਹ ਸੌਖਾ ਹੋ ਜਾਂਦਾ। ਜਿਵੇਂ ਆਪਾਂ ਕਰਦੇ ਆ, ਆਪਣੇ ਕੋਲ ਆਪਾਂ ਲਿਖ ਲਿਆ 1 ਰੁਪਇਆ, 1 ਰੁਪਇਆ ਕਾਹਦੇ ਬਰਾਬਰ ਹੁੰਦਾ ਇਹ,
पैसे दे बराबर हुंदा। ध्यान रखने वाली चीज है, नोट करने वाली है। हुण तुसीं जे रुपइयां नूं पैसिआं च बदलना, रुपइयां नूं कहदे च बदलना, रुपए नूं पैसे दे विच बदलना, जे जाना इधर नूं आ, इधरले पासे नूं जाना, ठीक है, जे रुपए नूं पैसे विच बदलना, ठीक है, तां तुसीं की करोगे, सौ दे नाल गुणा होनी है, फिर की होनी है, सौ नाल नाल गुणा करो, जिन्ने भी रुपये दिते हुए है उन्हूं सौ नाल गुणा करो, ठीक है। जिवें अपने कोले छे रुपए नूं आपां पैसिआं च बदलना, छे रुपए नूं, ओह कहिंदा छे रुपए नूं पैसे च बदलो, पैसे विच बदलो, तां तुसीं की करोगे, छे गुणा सीधा हिसाब सौ, किन्ना बन गया, छे सौ, ये छे सौ रुपये नहीं रह गए, हुण पैसे बन गए, की बन गए, की बन गए, पैसे। ये हैगा जे रुपइयां नूं आपां पैसिआं दे विच, जे रुपइयां नूं आपां पैसिआं दे विच बदलना तां गुणा होगी, की होगी, जे असीं रुपइयां तों इधरले पासे नूं जांदे फिर की होगी, गुणा होगी। हुण आ गया अपने कोले पैसिआं नूं रुपइयां दे विच बदलना, जे पैसिआं नूं आपां रुपइयां दे विच बदलना, जे पैसिआं नूं कहदे विच बदलना आपां, पिछे नूं मुड़ना, फिर होगी भाग, इहदे विच सौ नाल गुणा, इहदे विच सौ नाल भाग होगी, इहनूं तां तुसीं हैगा रुपइयां नूं पैसिआं दे, पैसिआं नूं रुपइयां दे विच बदल सकदे हैं, ठीक है। भाग है जिहड़ी सौ दे नाल ही होनी है, सौ नाल ही गुणा होनी है, सौ दे नाल ही भाग होनी है और सौ दे नाल की होनी है, गुणा होनी है, भाग रखनी है सौ दे नाल, ठीक है। जिवें अपने कोल हैगा अठ सौ पैसे, अठ सौ पैसे नूं रुपए विच बदलो, बदले विच बदलो, ठीक है। फिर तुसीं की करोगे, हुण पैसिआं नूं कहदे च बदलना गा, रुपइयां दे विच, किन्ने हैगे पैसे, आ अठ सौ, इहनूं भाग किन्ने नाल कर दोगे, फिर सौ नाल, ठीक है। जदों सौ नाल भाग करोगे, इहदा मतलब अठ सौ बटे सौ भी कर सकदे ना, इहनूं अठ सौ बटे, जिस दे तरीके नाल करना, दो जीरो नाल दो जीरो कट्टी गई, किन्ने बन गए, अठ रह गए, उत्ते थले एक बज गया, एक तां लिख लो चाहे ना लिख लो बराबर ही हुंदा, अठ की बन गया, इह रुपए बन गए, की बन गए, इह जदों रुपइयां नूं तुसीं बदलना पैसे दे विच, जदों इधर नूं जाणा आपां, उदों की होणी है सौ नाल गुणा, ਜਦੋਂ ਪੈਸਿਆਂ ਤੋਂ ਰੁਪਈਆਂ ਵਾਲੇ ਪਾਸੇ ਨੂੰ ਆਉਣਾ ਉਦੋਂ ਕੀ ਹੋਣੀ ਹੈ ਸੌ ਨਾਲ, ਕਲੀਅਰ ਆ। ਹੁਣ ਜਿਹੜਾ ਦਸ਼ਮਲਵਾਂ ਦੀ ਗੁਣਾ ਕਰਾਈ ਸੀ, ਦਸ਼ਮਲਵਾਂ ਦੀ ਭਾਗ ਆ, ਇੱਥੇ ਕੰਮ ਆਉਣੀ ਆ ਉਹ, ਜਿਵੇਂ ਆਪਾਂ ਨੂੰ ਉਹ ਕਹਿ ਦੇਵੇ, ਆਪਾਂ ਨੂੰ ਉਹ ਕਹਿੰਦਾ ਵੀ, ਆਪਾਂ ਨੂੰ ਉਹ ਕੀ ਕਹਿੰਦਾ ਹੈਗਾ ਵੀ, ਇੱਕ ਸਵਾਲ ਕਰਦੇ ਹਾਂ ਆਪਾਂ, ਇੱਕ ਸਵਾਲ ਆਪਾਂ ਕਰਦੇ ਹਾਂ ਜਿਹੜਾ ਜਿਹਦੇ ਵਿੱਚ ਰੁਪਈਆਂ ਨੂੰ ਪੈਸਿਆਂ 'ਚ ਬਦਲਣ ਨੂੰ ਕਹੂਗਾ, ਦਸ਼ਮਲਵ ਵਾਲਾ ਕਰਦੇ ਹਾਂ, ਜਿਵੇਂ ਕਿ ਆਪਾਂ ਨੂੰ ਸੌਖਾ ਹੋ ਜਾਊਗਾ ਉਹਦੇ ਵਿੱਚ ਕਰਨਾ, ਵੀ ਜਿਹੜਾ ਕਿਵੇਂ ਕੀਤਾ ਜਾਂਦਾ ਗਾ ਰੁਪਈਆਂ ਨੂੰ ਪੈਸਿਆਂ ਦੇ ਵਿੱਚ ਬਦਲਣਾ ਤਾਂ ਕਿਵੇਂ ਬਦਲਣਾ ਜਾਊਗਾ। ਜਿਵੇਂ ਅੱਠ ਰੁਪਈਏ ਤੇਰਾਂ ਪੈਸੇ ਆ, ਅੱਠ ਰੁਪਈਏ, ਅੱਠ ਰੁਪਈਏ ਤੇਰਾਂ ਪੈਸੇ ਨੂੰ ਕਾਹਦੇ 'ਚ ਬਦਲਣਾ ਕਹਿੰਦਾ, ਪੈਸਿਆਂ ਦੇ ਵਿੱਚ ਬਦਲੋ, ਪੈਸਿਆਂ ਵਿੱਚ ਬਦਲੋ। ਹੁਣ ਦੇਖੋ ਜਾਣਾ ਕਿੱਧਰ ਨੂੰ ਆ, ਰੁਪਏ ਆ, ਇਹ ਕੀ ਆ ਰੁਪਈਏ, ਬਣਾਉਣੇ ਕੀ ਆ ਇਹਦੇ, ਕਿੱਧਰ ਨੂੰ ਜਾਣਾ ਗਾ, ਉੱਧਰ ਨੂੰ ਜਾਣਾ ਨਾ, ਇੱਥੋਂ ਸ਼ੁਰੂ ਕਰਕੇ ਇੱਧਰ ਨੂੰ ਜਾਣਾ ਗਾ, ਇੱਧਰ ਨੂੰ ਜਾਣਾ ਤਾਂ ਕੀ ਹੋਣਾ ਗਾ, ਗੁਣਾ ਹੋਣੀ ਆ, ਇੱਥੋਂ ਕੀ ਹੋਣੀ ਆ, ਗੁਣਾ ਹੋਣੀ ਆ। ਉਹ ਤੁਹਾਨੂੰ ਤਰੀਕਾ ਦੱਸਿਆ ਬਈ ਆ, ਕਿਵੇਂ ਕਰੋਗੇ ਫਿਰ ਤੁਸੀਂ, ਅੱਠ ਦਸ਼ਮਲਵ ਇੱਕ ਤਿੰਨ ਗੁਣਾ ਕਿੰਨੇ ਨਾਲ ਕਰਾਂਗੇ, ਸੌ ਦੇ ਨਾਲ। ਤੁਹਾਨੂੰ ਦੱਸਿਆ ਵਾ ਵੀ ਜਦੋਂ ਗੁਣਾ ਕਰਨੀ ਆ ਉਦੋਂ ਭੁੱਲ ਜਾਓ ਆਹ ਜਿਹੜਾ ਹੈਗਾ ਲੱਗਿਆ ਵਿਆ, ਠੀਕ ਆ। ਤੁਸੀਂ ਕੀ ਕਰਨਾ, ਤੁਸੀਂ ਇਹਨੂੰ ਸੌ ਦੇ ਨਾਲ ਗੁਣਾ ਕਰ ਦੇਣੀ, ਅੱਠ ਸੌ ਤੇਰਾਂ ਨੂੰ ਜਦੋਂ ਸੌ ਨਾਲ ਗੁਣਾ ਕਰੋਗੇ, ਅੱਠ ਸੌ ਤੇਰਾਂ ਨੂੰ ਜਦੋਂ ਸੌ ਨਾਲ, ਇਹਦਾ ਮਤਲਬ ਦੋ ਜੀਰੋ ਹੋਰ ਪਿੱਛੇ ਲੱਗ ਗਈਆਂ, ਠੀਕ ਆ। ਹੁਣ ਆਪਾਂ ਲਾਉਣਾ ਪੁਆਇੰਟ, ਪੁਆਇੰਟ ਕਿੱਥੇ ਲੱਗੂਗਾ ਸਾਡਾ, ਇਹ ਕਿੰਨੇ ਅੰਕ ਛੱਡ ਕੇ ਲੱਗਿਆ ਵਾ, ਦੋ, ਆਪਾਂ ਨੂੰ ਪਤਾ ਗੁਣਾ ਵੇਲੇ ਹੁੰਦਾ ਜੁੜਦਾ ਹੁੰਦਾ, ਇੱਥੇ ਕਿੰਨੇ ਅੰਕ ਛੱਡ ਕੇ ਲੱਗਿਆ ਵਾ, ਕੋਈ ਨਹੀਂ, ਦੋ ਤੇ ਜੀਰੋ ਕਿੰਨੇ ਬਣ ਗਏ ਟੋਟਲ, ਦੋ, ਠੀਕ ਆ। ਇਹਦਾ ਮਤਲਬ ਕਿੰਨੇ ਅੰਕ ਛੱਡ ਕੇ ਲਾ ਦਾਂਗੇ, ਦੋ, ਅੱਠ ਸੌ ਤੇਰਾਂ ਕੀ ਬਣ ਗਿਆ, ਇਹ ਪੈਸੇ ਬਣ ਗਏ, ਅੱਠ ਸੌ ਤੇਰਾਂ ਪੈਸੇ ਬਣ ਗਏ ਇਹ। ਪਰ ਇਹਦੇ 'ਚ ਇੱਕ ਚੀਜ਼ ਹੈਗੀ ਆ, ਦਸ਼ਮਲਵ ਦੇ ਵਿੱਚ ਅੱਠ ਸੌ ਤੇਰਾਂ ਦਸ਼ਮਲਵ ਜੀਰੋ ਜੀਰੋ ਲਿਖਿਆ ਨਾ, ਇਹਨੂੰ ਚਾਹੇ ਅੱਠ ਸੌ ਤੇਰਾਂ ਵੀ ਲਿਖ ਲਓ ਤਾਂ ਵੀ ਇਹਦੀ ਵੈਲਿਊ ਉੱਨੀ ਹੋਈ ਆ, ਉੱਨੀ ਹੋਈ ਆ, ਆਹ ਵੈਲਿਊ ਉੱਨੀ ਥੱਲੇ ਵਾਲੀ ਵੈਲਿਊ, ਇਹਨੂੰ ਅੱਠ ਸੌ ਤੇਰਾਂ ਇਕੱਲਾ ਲਿਖ ਲਓ, ਚਾਹੇ ਇਹਨੂੰ ਅੱਠ ਸੌ ਤੇਰਾਂ ਦਸ਼ਮਲਵ ਜੀਰੋ ਜੀਰੋ ਕਰ ਲਏ। ਸਮਾਨ ਦਸ਼ਮਲਵ ਬਣਾਉਣ ਦੇ ਲਈ ਅਸੀਂ ਦਸ਼ਮਲਵ ਲਾ ਕੇ ਜੀਰੋਆਂ ਜੀਰੋਆਂ ਲਾ ਸਕਦੇ ਹੁੰਦੇ ਹਾਂ, ਜਿੰਨੀਆਂ ਮਰਜ਼ੀ ਜੀਰੋਆਂ ਲਾ ਲਓ, ਤਿੰਨ ਅੰਕ ਤੱਕ ਤਾਂ ਘੱਟੋ ਘੱਟ ਲਾਓ ਹੀ ਲਾਓ ਨਾ, ਜੇਕਰ ਕਿਸੇ ਸਮਾਨ ਦਸ਼ਮਲਵ ਬਣਾਉਣੇ ਆ। ਪਰ ਇਹਦੀ ਵੈਲਿਊ ਤਿੰਨਾਂ ਦੀ ਇੱਕੋ ਹੀ ਹੁੰਦੀ ਆ, ਦੋਨਾਂ ਦੀ, ਚਾਹੇ ਇਹਨੂੰ ਅੱਠ ਸੌ ਤੇਰਾਂ ਲਿਖ ਲਓ, ਚਾਹੇ ਇਹਨੂੰ ਅੱਠ ਸੌ ਤੇਰਾਂ ਦਸ਼ਮਲਵ
जीरो जीरो लिख लो। ये हम रुपया तो पैसे आले पासे नू जाना, ये की सीगा अपने कोले रुपया तो पैसे आले पासे जाना। हुण आपां बनाउणे आ पैसों तो रुपया वाले पासे आउणा गा। अपने कोले उहने दित्ते आ 925 रुपये, 925 पैसे, सॉरी पैसे नू रुपये विच बदलो बदलो, ठीक है, याद होना चाहिए था। 925 पैसे नू, हुण पैसे तो इधर नू आ रहे हैं, पैसे तो किधर नू आउणा गा, रुपया वाले पासे नू, पैसे तो रुपया वाले पासे नू। तां आपां की करांगे फिर, भाग करांगे, क्योंकि जदों इधर नू मुड़दे आ तुहानू दस्सिया भई 100 दे नाल भाग करांगे किनू, 925 नू। 925 भाग किन्ने नाल करांगे आपां, 100 दे नाल भाग कर दांगे। ये अपने च कहदे च लिखी भी है, ये रूप हैगा भाग रूप। हुण आपां कर लैणे इहनूं भिन्न रूप दे विच, 925 बटे 100। ਆਪਾਂ ਨੂੰ ਪਤਾ ਵੀ ਜੇ ਥੱਲੇ ਦੋ ਜੀਰੋਆਂ ਹੋਣ ਤਾਂ ਕਿੰਨੇ ਅੰਕ ਛੱਡ ਕੇ ਪੁਆਇੰਟ ਲੱਗਦਾ ਹੁੰਦਾ, ਜਿੰਨੀਆਂ ਜੀਰੋਆਂ ਹੋਣ ਉਨੇ ਅੰਕ ਛੱਡ ਕੇ। 925 ਇਹਦਾ ਉੱਤਰ ਆ ਜਾਊਗਾ, ਕਿੰਨੇ ਅੰਕ ਛੱਡ ਕੇ ਪੁਆਇੰਟ ਲੱਗੂਗਾ, 2, ਠੀਕ ਆ। ਇਹਦਾ ਮਤਲਬ 9.25 ਰੁਪਏ ਬਣ ਗਏ ਆਪਣੇ ਕੋਲੇ, ਕਲੀਅਰ। ਕੋਈ ਡਾਊਟਫੁਲ ਜਾਂ ਕੋਈ ਗੱਲ ਹੋ ਤਾਂ ਨਹੀਂ ਸਮਝ ਦੇ ਵਿੱਚ ਨਾ ਆਈ ਹੋਵੇ, ਠੀਕ ਆ। ਇਸ ਤਰ੍ਹਾਂ ਦੇ ਇਹਦੇ ਵਿੱਚ ਸਵਾਲ ਹੋਣਗੇ ਜਿਹੜੇ ਕਿ ਤੁਸੀਂ ਰੁਪਈਆਂ ਨੂੰ ਪੈਸਿਆਂ ਦੇ ਵਿੱਚ ਬਦਲ ਸਕਦੇ ਆ, ਪੈਸਿਆਂ ਨੂੰ ਕਾਹਦੇ 'ਚ ਬਦਲ ਸਕਦੇ ਆ, ਰੁਪਈਆਂ ਦੇ ਵਿੱਚ। ਆਹ ਚੀਜ਼ ਨੂੰ ਯਾਦ ਰੱਖਣਾ ਵੀ ਇੱਧਰਲੇ ਪਾਸੇ ਰੁਪਏ ਆਉਂਦੇ ਆ, ਇੱਧਰਲੇ ਪਾਸੇ ਪੈਸੇ ਆ। ਜੇ ਰੁਪਈਆਂ ਤੋਂ ਪੈਸੇ ਵਾਲੇ ਪਾਸੇ ਨੂੰ ਜਾਂਦੇ ਆ, 100 ਦੇ ਨਾਲ ਕੀ ਹੋਊਗੀ, ਗੁਣਾ ਹੋਊਗੀ। ਜੇ ਪੈਸਿਆਂ ਤੋਂ ਰੁਪਈਆਂ ਵਾਲੇ ਪਾਸੇ ਨੂੰ ਆਉਣੇ ਆ, ਫਿਰ ਕੀ ਹੋਊਗੀ, ਭਾਗ ਹੋਊਗੀ। ਜਿਹੜਾ ਬੱਚਾ ਇਹ ਯਾਦ ਰੱਖ ਲੂਗਾ ਉਹ ਆਟੋਮੈਟਿਕਲੀ ਇਹਨਾਂ ਨੂੰ ਸਵਾਲਾਂ ਨੂੰ ਹੱਲ ਕਰਨ ਦੇ ਯੋਗ ਹੋ ਜੂਗਾ, ਠੀਕ ਆ। ਇਹ ਕਰੰਸੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਵਾਲ ਆ ਉਹ ਤੁਸੀਂ ਘਰੋਂ ਕਰਕੇ ਆਉਣੇ ਆ, ਠੀਕ ਆ। ਫਿਰ ਆਪਾਂ ਉਸੇ ਤਰੀਕੇ ਦੇ ਨਾਲ ਅੱਗੇ ਵਧਾਂਗੇ। ਓਕੇ, ਪੰਜਾਬੀ ਦਾ ਵੀ ਹੋ ਗਿਆ ਸੀ, ਤੁਹਾਡਾ ਮੈਂਟਲ ਵੈਲਟੀ ਵੀ ਹੋ ਗਈ ਸੀ। ਇਹ ਸੀ ਅੱਜ ਦਾ, ਜਿਹੜੀਆਂ ਦੋਨੇ ਵੀਡੀਓ ਜਿਹੜੀਆਂ ਤੁਹਾਡੇ ਗਰੁੱਪ ਦੇ ਵਿੱਚ ਪੈ ਜਾਣਗੀਆਂ, ਤੇ ਇਹਦੀ ਨਾਲ ਨਾਲ ਇਸ ਸਵਾਲ ਆ ਜਿਹੜੇ ਉਹ ਕਰਨੇ ਆ। ਕਿੰਨੀ ਹੈ, 5.1 ਆ ਜੂਗੀ, ਅੱਗੇ 5.2 ਆ ਜੂ, 5.3 ਆ ਜੂਗੀ, ਠੀਕ ਹੈ। ਸਾਰੇ ਬਹੁ ਵਿਕਲਪੀ ਵੀ ਵਿੱਚ ਪ੍ਰਸ਼ਨ ਆ ਜਾਣਗੇ, ਸਾਰੇ ਕਰਕੇ ਕੰਪਲੀਟ ਇਹ ਕਰਕੇ ਲਿਆਉਣੇ ਆ। ਓਕੇ, ਕਲੀਅਰ।